ਜਿਵੇਂ ਕਿ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਪੱਕੇ ਧਰਨੇ ਲਾ ਕੇ ਬੈਠੇ ਹਨ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਉੱਥੇ ਹੀ ਪੰਜਾਬ ਦੇ ਅੰਦਰ ਵੀ ਪੰਜਾਬ ਦੇ ਬੀਜੇਪੀ ਦੇ ਆਗੂ ਇਕਬਾਲ ਸਿੰਘ ਲਾਲਪੁਰਾ, ਰਜਿੰਦਰ ਮੋਹਨ ਸਿੰਘ ਛੀਨਾ, ਹਰਜੀਤ ਗਰੇਵਾਲ ਦਾ ਵਿਰੋਧ ਹੋ ਰਿਹਾ ਹੈ। ਹੁਸ਼ਿਆਰਪੁਰ ਦੀਆਂ ਕਿਸਾਨ ਅਤੇ ਪੰਥਕ ਜਥੇਬੰਦੀਆਂ ਵੱਲੋਂ ਲਾਚੋਵਾਲ ਟੋਲ ਪਲਾਜ਼ਾ ਤੇ ਇਹਨਾਂ ਦੇ ਪੁਤਲੇ ਫੂਕੇ ਗਏ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਕਿਸਾਨ ਵੀਰਾਂ ਤੇ ਦਰਜ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ। ਆਓ ਜਾਣਦੇ ਹਾਂ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਕਰਕੇ ਅਤੇ ਕੀ ਹਨ ਉਹਨਾਂ ਦੀਆਂ ਮੰਗਾਂ। ਆਓ ਕਰਦੇ ਹਾਂ ਜੀ ਗੱਲਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲਾਚੋਵਾਲ ਟੋਲ ਪਲਾਜ਼ਾ ਹੁਸ਼ਿਆਰਪੁਰ ਵਿਖੇ ਕਿਸਾਨ ਅਤੇ ਪੰਥ ਦੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਕਬਾਲ ਲਾਲਪੁਰਾ, ਰਜਿੰਦਰ ਮੋਹਨ ਛੀਨਾ ਅਤੇ ਹਰਜੀਤ ਗਰੇਵਾਲ, ਇਹ ਬੀਜੇਪੀ ਲੀਡਰ ਜਿਹੜੇ ਕਿਸਾਨੀ ਸੰਘਰਸ਼ ਦੇ ਖਿਲਾਫ ਬੋਲ ਰਹੇ ਆ, ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ, ਇਹਨਾਂ ਦੇ ਅੱਜ ਪੁਤਲੇ ਜਿਹੜੇ ਆ ਉਹ ਫੂਕੇ ਗਏ ਆ। ਪਿਛਲੇ ਦਿਨੀ ਅਸੀਂ ਇਕਬਾਲ ਸਿੰਘ ਲਾਲਪੁਰੇ ਦੇ ਵਿਰੋਧ ਦੇ ਵਿੱਚ ਚੀਫ ਖਾਲਸਾ ਦੀਵਾਨ ਨੂੰ ਬੇਨਤੀ ਕੀਤੀ ਸੀ ਵੀ ਇਹ ਜਿਹੜਾ ਵਿਅਕਤੀ ਆ ਕਿਸਾਨ ਵਿਰੋਧੀ ਆ, ਪੰਜਾਬ ਵਿਰੋਧੀ ਆ, ਪੰਥ ਵਿਰੋਧੀ ਆ, ਇਹਨੂੰ ਆਪਣੀ ਸੰਸਥਾ 'ਚੋਂ ਹਟਾਇਆ ਜਾਵੇ। ਇਸ ਤਰ੍ਹਾਂ ਰਜਿੰਦਰ ਮੋਹਨ ਛੀਨਾ ਜਿਹੜਾ ਕਿ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਇਹ ਸਕੱਤਰ ਆ, ਉਹ ਵੀ ਅਸੀਂ ਜਿਹੜੀ ਆ ਉੱਥੇ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਇਹਨੂੰ ਸਿੱਖ ਸੰਸਥਾ 'ਚੋਂ ਬਾਹਰ ਕੀਤਾ ਜਾਵੇ। ਅਤੇ ਅੱਜ ਅਸੀਂ ਇਹਨਾਂ ਦਾ ਜਿਹੜਾ ਆ ਪੁਤਲੇ ਫੂਕੇ ਆ, ਇੱਦਾਂ ਹੀ ਪੂਰੇ ਪੰਜਾਬ ਦੇ ਵਿੱਚ ਅਸੀਂ ਉਦੋਂ ਤੱਕ ਪੁਤਲੇ ਫੂਕਾਂਗੇ ਜਿੰਨਾ ਚਿਰ ਇਹਨਾਂ ਨੂੰ ਇਹਨਾਂ ਦੀਆਂ ਸੰਸਥਾਵਾਂ ਬਾਹਰ ਨਹੀਂ ਕਰਦੀਆਂ। ਅਤੇ ਇੱਕ ਜਿਹੜੀ ਹੋਰ ਘਟਨਾ ਹੁਸ਼ਿਆਰਪੁਰ 'ਚ ਵਾਪਰੀ ਆ, ਅਸੀਂ ਸਮੂਹ ਸਾਰੇ ਕਿਸਾਨ ਮਜ਼ਦੂਰ ਏਕਤਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ SSP ਸਾਹਿਬ ਨੂੰ ਹੁਸ਼ਿਆਰਪੁਰ ਨੂੰ ਵੀ ਉਹ ਜਿਹੜੇ ਝੂਠੇ ਪਰਚੇ ਦਰਜ ਕੀਤੇ ਆ ਨੌਜਵਾਨਾਂ ਦੇ ਉੱਤੇ ਉਹ ਤੁਰੰਤ ਜਿਹੜਾ ਉਹ ਰੱਦ ਕਰਨ, ਨਹੀਂ ਤਾਂ ਇਹ ਸੰਘਰਸ਼ ਨੂੰ ਤਿੱਖਾ ਕੀਤਾ ਜਾਊਗਾ, ਇਹ ਸਾਮ ਨਹੀਂ ਹੋਊਗਾ। ਇਸ ਤਰੀਕੇ ਦੇ ਨਾਲ ਜਿਹੜੇ ਝੂਠੇ ਪਰਚੇ ਆ 307 ਵਰਗੀਆਂ ਸੰਗੀਨ ਧਰਾਵਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਦੇਸ਼ ਦੇ ਕਿਸਾਨ ਮਜ਼ਦੂਰ ਭਾਤੇ ਜਿੱਥੇ ਭਰਾਤਰੀ ਜਥੇਬੰਦੀਆਂ ਪੰਥਕ ਜਥੇਬੰਦੀਆਂ ਅੱਜ ਬਹੁਤ ਹੀ ਅਫਸੋਸ ਦੇ ਨਾਲ ਇਹ ਗੱਲ ਕਹਿਣ ਲਈ ਮਜਬੂਰ ਹੋਈਆਂ ਕਿ ਸਾਡੇ ਪੱਗਾਂ ਦੇ ਰੂਪ 'ਚ ਸਾਡੇ ਪੰਜਾਬ ਦੇ ਅੰਦਰ RSS ਨੇ ਕੁਝ ਲੋਕਾਂ ਨੂੰ ਸ਼ਾਮਲ ਕੀਤਾ, ਜਿਹਨਾਂ ਵਿੱਚ ਅੱਜ 3 ਪੁੱਤਰੇ ਜਿਹੜੇ ਫੂਕੇ ਆ। ਇਹ ਪੰਜਾਬੀ ਹੈ ਹੀ ਨਹੀਂ, ਇਹ ਸਿੱਖ ਹੈ ਹੀ ਨਹੀਂ, ਇਹ ਉਸ ਵਿਚਾਰਧਾਰਾ ਦੇ ਖਿਲਾਫ ਆ ਜਿਹੜੀ ਬਤਾਲ ਤਰ੍ਹਾਂ ਸਾਡੇ ਸਿੱਖ ਕਿਸਮ ਦੀ ਹੈ, ਜਿਹੜੀ ਸਾਡੀ ਕਿਸਾਨਾਂ ਦੀ ਆ। ਇਹ ਲਗਾਤਾਰ ਸਾਡੇ ਕਿਸਾਨ ਜਥੇਬੰਦੀਆਂ ਦੇ ਹੱਕਾਂ ਦੀ ਵਿਰੋਧਤਾ ਕਰਦੇ ਆ, ਲਗਾਤਾਰ ਇਹ RSS ਅਤੇ ਮੋਦੀ ਦੇ ਹੱਕ 'ਚ ਬੋਲਦੇ ਆ। ਅਸੀਂ ਸਾਰਾ ਹੀ ਪੰਜਾਬ ਦਾ ਬੱਚਾ ਬੱਚਾ ਇਹਨਾਂ ਦੇ ਖਿਲਾਫ ਹਾਂ। ਅਤੇ ਨਾਲ ਹੀ ਮੈਂ ਉਹਨਾਂ ਸੰਸਥਾਵਾਂ ਨੂੰ ਬੇਨਤੀ ਕਰਦਾ ਜਿਹਨਾਂ ਸੰਸਥਾਵਾਂ ਨੇ ਇਹਨਾਂ ਨੂੰ ਆਪਣੇ ਮੈਂਬਰ ਜਾਂ ਅਹੁਦੇਦਾਰ ਬਣਾ ਕੇ ਰੱਖਿਆ, ਕਿਉਂਕਿ ਪੰਜਾਬ 'ਚ ਉਹੀ ਬੰਦਾ ਕਾਬਲੇ ਕਬੂਲ ਹੈ ਜਿਹੜਾ ਪੰਜਾਬ ਦੀ ਗੱਲ ਕਰੂ, ਜਿਹੜਾ ਸਿੱਖੀ ਦੀ ਗੱਲ ਕਰੂ, ਸਿੱਖ ਇਤਿਹਾਸ ਦੀ ਗੱਲ ਕਰੂ, ਇੱਥੇ ਵਸਦੀਆਂ ਕੌਮਾਂ ਦੀ ਗੱਲ ਕਰੂ, ਕਿਸਾਨੀ ਮਜ਼ਦੂਰੀ ਮੁਲਾਜ਼ਮਤ ਅਤੇ ਸਭ ਦੀ ਗੱਲ ਕਰੂ, ਉਹੀ ਕਾਬਲੇ ਕਬੂਲ ਹੈ। ਇਹਨਾਂ ਲੋਕਾਂ ਨੂੰ ਪੰਜਾਬ 'ਚ ਕਿਸੇ ਕੀਮਤ 'ਤੇ ਅਸੀਂ ਬਰਦਾਸ਼ਤ ਨਹੀਂ ਕਰਦੇ। ਇਹਨਾਂ ਲੋਕਾਂ ਨੇ ਸਾਡੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ, ਇਸ ਕਰਕੇ ਅਸੀਂ ਇਹਨਾਂ ਦੇ ਪੁਤਲੇ ਫੂਕੇ ਆ। ਅਤੇ ਉਹਨਾਂ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਜਿਹੜੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਦਰ BJP ਨਾਲ ਸੰਬੰਧਿਤ ਨੇ, ਅਤੇ ਆਓ ਆਪਣੀਆਂ ਆਦਤਾਂ ਤੋਂ ਬਾਜ਼ ਆਓ, ਚੁੱਪ ਕਰਕੇ ਕਿਸਾਨੀ ਸੰਘਰਸ਼ ਨਾਲ ਜੁੜੋ, ਆਮ ਲੋਕਾਂ ਦੇ ਨਾਲ ਜੁੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਕਾਰ TV The Call, ਆਪਣਿਆਂ ਦੀ ਆਪਣਿਆਂ ਲਈ।